ਦੋਸਤੋ ਕੀ ਤੁਸੀਂ ਜਾਣਦੇ ਹੋ ਦੋ ਹਿੱਸਿਆਂ ਵਿੱਚ ਵੰਡਿਆ ਜਾ ਰਿਹਾ ਹੈ ਅਫਰੀਕਾ ਪੈਣ ਲੱਗ ਪਿਆ ਹੈ ਵੱਡਾ ਪਹਾੜ ਭਾਰਤ ਨਾਲ ਹੋ ਸਕਦੀ ਹੈ ਕਿਸੇ ਵੀ ਵੇਲੇ ਟੱਕਰ ਆਓ ਜਾਣਦੇ ਹਾਂ ਇਸ ਦੇ ਬਾਰੇ ਕੀ ਹੈ ਸੱਚਾਈ ਦੋਸਤੋ ਕੁਦਰਤੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਕਈ ਵਾਰ ਇਹ ਘਟਨਾਵਾਂ ਮਨੁੱਖੀ ਜੀਵਨ ਵਿੱਚ ਵਿਘਨ ਪਾਉਂਦੀਆਂ ਹਨ ਅਤੇ ਕਈ ਵਾਰ ਇਹ ਘਟਨਾਵਾਂ ਕਿਸੇ ਟਾਪੂ ਨੂੰ ਦੋ ਹਿੱਸਿਆਂ ਵਿੱਚ ਵੰਡਣ ਦਾ ਕਾਰਨ ਵੀ ਬਣ ਜਾਂਦੀਆਂ ਹਨ ਦੋਸਤੋ ਵਿਗਿਆਨੀਆਂ ਦੇ ਅਨੁਸਾਰ ਭਾਰਤ ਅਫਰੀਕਾ ਨੂੰ ਟੁੱਟ ਗਿਆ ਸੀ ਅਤੇ ਇਹ ਹਿੱਸਾ ਬਾਅਦ ਵਿੱਚ ਏਸ਼ੀਆ ਵਿੱਚ ਸ਼ਾਮਲ ਹੋ ਗਿਆ ਇਸ ਟੱਕਰ ਦੇ ਕਾਰਨ ਹੀ ਹਿਮਾਲਿਆ ਪਰਬਤ ਲੜੀ ਬਣ ਗਈ ਸੀ ਇਹੀ ਕਾਰਨ ਹੈ ਕਿ ਇਹਨਾਂ ਨੂੰ ਨਵੇਂ ਅਤੇ ਕੱਚੇ ਪਹਾੜ ਵੀ ਕਿਹਾ ਜਾਂਦਾ ਹੈ ਜਦਕਿ ਅਰਾਵਲੀ ਦੀਆਂ ਪਹਾੜੀਆਂ ਸ਼੍ਰੇਣੀਆਂ ਮਜ਼ਬੂਤ ਅਤੇ ਠੋਸ ਹਨ ਹੁਣ ਗੱਲ ਕਰਦੇ ਹਾਂ ਕਿ ਅਫਰੀਕਾ ਦੇ ਮੱਧ ਵਿੱਚ ਤਰੇੜ ਕਿਉਂ ਆ ਗਈ ਹੈ ਦੋਸਤੋ ਭੂ ਵਿਗਿਆਨੀਆਂ ਦੇ ਅਨੁਸਾਰ ਅਫਰੀਕਾ ਦੇ ਦੋ ਟੁਕੜਿਆਂ ਵਿੱਚ ਵੰਡਣ ਦਾ ਖਤਰਾ ਹੈ ਦਰਅਸਲ ਕੁਝ ਸਮਾਂ ਪਹਿਲਾਂ ਇਸ ਦੇ ਵਿਚਕਾਰ ਇੱਕ ਪਹਾੜ ਦਿਖਾਈ ਦੇਣ ਲੱਗ ਪਿਆ ਸੀ ਜਿਸ ਦਾ ਆਕਾਰ ਲਗਾਤਾਰ ਵੱਧਦਾ ਜਾ ਰਿਹਾ ਹੈ ਜਦੋਂ ਮਾਰਚ 2023 ਵਿੱਚ ਇਸ ਪਹਾੜ ਦੀ ਜਾਂਚ ਕੀਤੀ ਗਈ ਸੀ ਤਾਂ ਇਸ ਦੀ ਲੰਬਾਈ 56 ਕਿਲੋਮੀਟਰ ਸੀ ਜਿਸ ਦਾ ਆਕਾਰ ਹੌਲੀ ਹੌਲੀ ਵੱਧਦਾ ਜਾ ਰਿਹਾ ਹੈ ਇਸ ਦੇ ਮੱਦੇਨਜ਼ਰ ਭੂ ਵਿਗਿਆਨੀ ਅਫਰੀਕਾ ਦੇ ਦੋ ਹਿੱਸਿਆਂ ਵਿੱਚ ਹੋਰ ਵੰਡ ਨੂੰ ਲੈ ਕੇ ਚਿੰਤਤ ਹਨ ਵਿਗਿਆਨੀਆਂ ਦਾ ਕਹਿਣਾ ਹੈ ਕਿ ਲਾਲ ਸਾਗਰ ਤੋਂ ਮੋਜ਼ਾਂਬੀਕ ਵਿੱਚ ਤੱਕ 3500 ਕਿਲੋਮੀਟਰ ਦੀਆਂ ਘਾਟੀਆਂ ਦਾ ਇੱਕ ਲੰਬਾ ਨੈੱਟਵਰਕ ਹੈ ਹੁਣ ਇਹ ਸਾਰਾ ਇਲਾਕਾ ਇੱਕ ਪਹਾੜੀ ਦਰਾੜ ਵਿੱਚ ਤਬਦੀਲ ਹੋ ਗਿਆ ਹੈ ਵਿਗਿਆਨੀਆਂ ਦੇ ਮੁਤਾਬਕ ਅਫਰੀਕਾ ਦੇ ਮੱਧ ਵਿੱਚ ਬਣ ਰਹੀ ਇਸ ਦਰਾੜ ਦਾ ਇੱਕ ਕਾਰਨ ਮਹਾਸਮੁੰਦਰ ਬਣ ਸਕਦਾ ਹੈ ਹੁਣ ਇਹੀ ਸਵਾਲ ਉੱਠਦਾ ਹੈ ਕਿ ਅਫਰੀਕਾ ਸੱਚਮੁੱਚ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ ਨਾਲ ਹੀ ਇਹ ਵੀ ਸਵਾਲ ਹੈ ਕਿ ਜੇਕਰ ਅਫਰੀਕਾ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਤਾਂ ਇਸ ਵਿੱਚ ਕਿੰਨਾ ਸਮਾਂ ਲੱਗੇਗਾ ਅਜਿਹੇ 'ਚ ਸਾਰੇ ਸਵਾਲਾਂ ਦੇ ਜਵਾਬ ਲੱਭਣ ਲਈ ਭੂ ਵਿਗਿਆਨੀ ਟੈਕਟੋਨਿਕ ਪਲੇਟਾਂ ਦੀ ਖੋਜ ਕਰ ਰਹੇ ਹਨ ਇੱਕ ਧਾਰਨਾ ਇਹ ਵੀ ਹੈ ਕਿ ਜੇਕਰ ਇਹ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਤਾਂ ਇਸਦਾ ਇੱਕ ਹਿੱਸਾ ਭਾਰਤ ਨਾਲ ਆ ਕੇ ਟਕਰਾ ਸਕਦਾ ਹੈ ਤੁਹਾਡੀ ਇਸ ਬਾਰੇ ਕੀ ਰਾਏ ਕਮੈਂਟ ਬਾਕਸ ਜ਼ਰੂਰ ਦੱਸਿਓ ਧੰਨਵਾਦ